ਕੁੜੀ ਰਿਵਾਲਵਰ ਲਾਣ ਦੀ ਕੋਸ਼ਿਸ਼ ਕੀਤੀ ਕਿ ਕੱਲੀ ਨਾਲ ਹੀ ਲੱਗੀ ਸੀ ਰੱਖੀ ਗਈ ਸੀ ਕੱਢੀ ਨਹੀਂ ਸੀ ਉਹਨੇ ਮੈਨੂੰ ਕਿਉਂਕਿ ਇੱਥੇ ਘੇਰਾ ਪਾ ਲੈਣਾ ਲੋਕਾਂ ਨੇ ਕਿਹਨਾਂ ਨੇ ਮਾਰਿਆ ਤੁਹਾਨੂੰ? ਕੀ ਨਾਮ ਦਾ? ਤੇ ਐਕਟਿਵਾ ਵੀ ਉਹਨਾਂ ਦੀ ਹੈ? ਇੱਥੇ ਵੈਪਨ ਲੈ ਕੇ ਆਇਆ ਨਾਲ ਭਾਜੀ। ਅੱਛਾ ਦੱਸ। ਅੱਛਾ ਸੜਕ ਤੇ ਹੀ? ਤੁਸੀਂ ਇੱਥੇ ਪੈਦਲ ਜਾ ਰਹੇ ਸੀਗੇ ਤੁਸੀਂ ਐਕਟਿਵਾ ਤੇ? ਹਾਂਜੀ ਮੇਰੇ ਬੱਚੇ ਜੀ ਮੈਂ ਐਕਟਿਵਾ ਆ ਰਿਹਾ ਸੀ ਤਾਂ ਆਪਣੀ ਬੱਚੀ ਨੂੰ ਨਾਲ ਲੈ ਕੇ ਜੀ ਸਾਨੂੰ ਇੱਥੇ ਭੇਜ ਲਿਆ ਇਹਨੇ ਅਤੇ ਮੈਂ ਆਖਿਆ ਕਾਕਾ ਦੇਖ ਮੇਰੀ ਗੱਲ ਸੁਣ ਤੂੰ ਐਵੇਂ ਗਲਤ ਗੱਲ ਨਾ ਕਰ ਮੇਰੇ ਨਾਲ ਤੂੰ ਅੱਗੇ ਕੁੜੀ ਮੇਰੀ ਦੇ ਫੇਰ ਵੀ ਪਾੜ ਗਿਆ ਮੇਰੀ ਘਰਵਾਲੀ ਦੇ ਫੇਰ ਤੂੰ ਪਾੜ ਕੇ ਗਿਆ ਘਰ ਮੇਰੇ ਕਹਿੰਦਾ ਨਹੀਂ ਮੈਂ ਨਹੀਂ ਛੱਡਣਾ ਮੈਂ ਉਹਨੂੰ ਲੈ ਕੇ ਜਾਣਾ ਵਾ ਮੈਂ ਤੂੰ ਚੱਲ ਕੇ ਚੱਲ ਕੇ ਚੱਲ ਕੇ ਚੱਲ ਮੈਂ ਕਹੀ ਲਿਆ ਕੀ ਗੱਲ ਅਤੇ ਉਸ ਤੋਂ ਬਾਅਦ ਕੁੜੀ ਮੇਰੀ ਹੱਥੋਂ ਮੇਰੇ ਖੋਹਣ ਦਿਆ ਸੀ ਅਤੇ ਮੈਂ ਕੁੜੀ ਮੇਰੀ ਇੱਕ ਥਰੀ ਵੇਲੇ ਜਾਂਦਾ ਬਈ ਉਹਦੇ ਕੋਲ ਲੁੱਕ ਗਈ ਮੇਰੀ ਕੁੜੀ ਉੱਥੇ ਲੁੱਕਦੀ ਰਹੀ ਇਹਦੇ ਮੇਰੇ ਘਰਵਾਲੀ ਦਾ ਸਿਰ ਵੀ ਪਾੜ ਗਿਆ ਸੀ ਉਹ ਤਾਂ ਮੇਰੇ ਘਰ ਆ ਕੇ ਮੇਰੀ ਕੁੜੀ ਦਾ ਵੀ ਸਿਰ ਪਾੜ ਗਿਆ ਸੀ ਆ ਕੇ ਇਕੱਲਾ ਆਇਆ ਵਾ ਕੋਠੇ ਦੂਜੀ ਮੰਜ਼ਿਲ 'ਤੇ ਆ ਕੇ ਕੁੜੀ ਮੇਰੀ ਨੂੰ ਘਸੀਟ ਕੇ ਲੈ ਕੇ ਆਇਆ ਥੱਲੇ ਇਹਦੇ ਸਿਰ ਵੀ ਪਾੜ ਗਿਆ ਅਤੇ ਮੇਰੀ ਘਰਵਾਲੀ ਦਾ ਵੀ ਸਿਰ ਪਾੜ ਗਿਆ ਅਸੀਂ ਹਸਪਤਾਲ ਦੇ 'ਚ ਪੱਟੀਆਂ ਪੁੱਟੀਆਂ ਉਹ ਦਿਨ ਕਰਾਈਆਂ ਸੀ ਤਾਂ ਕਰਕੇ ਇਹ ਵੀ ਸਾਡੀ ਉਹਦੀ ਕਾਰਵਾਈ ਹੋ ਗਈ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਨਹੀਂ ਜਦੋਂ ਤੁਹਾਡਾ ਸਿਰ ਪੜਿਆ ਗਿਆ ਇਹ ਕਿਸ ਦਿਨ ਦੀ ਗੱਲ ਕੰਪਲੇਂਟ ਕੀਤੀ ਤੁਸੀਂ ਪੁਲਿਸ ਕੰਪਲੇਂਟ? ਹਾਂਜੀ ਹਾਂਜੀ 24 ਤਰੀਕ ਦੀ ਅਤੇ ਕੀ ਕਾਰਵਾਈ ਕੀ ਹੋਈ ਆ? ਕੋਈ ਗੱਲ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਸਾਡੀ ਕੀਤੀ ਜੀ ਉਹਨਾਂ ਨੇ ਅਸੀਂ ਅੱਜ ਵੀ ਗਏ ਸੀ ਉੱਥੇ ਅਸੀਂ ਆਪਣੇ ਉਹ ਦੇ ਕੇ ਆਏ ਕਾਗਜ਼ ਦੇ ਕੇ ਆਏ ਅਤੇ ਅੱਜ ਕੀ ਹੋਇਆ ਸਾਡੀ ਗੱਲ? ਅਸੀਂ ਇੱਧਰੋਂ ਆਉਂਦੇ ਪਏ ਸੀ ਚੌਂਕ ਵੱਲੋਂ ਜੀ। ਅੱਛਾ ਜੀ ਰਾਜ ਨੰਗਰਾਲ ਦੇ ਆਫਿਸ ਗਏ ਦੱਸੋ ਨਾ ਸੀ ਨੰਗਰਾਲ ਦੇ ਆਫਿਸ ਗਏ ਸੀ ਨਾ ਉੱਥੇ ਉਹਨਾਂ ਨੇ ਅਸੀਂ ਉੱਥੋਂ ਆਉਂਦੇ ਹਾਂ ਕਿ ਉਹ ਦੱਸ ਦੇ ਕਿ ਸ਼ਹਿਰ ਦੇ ਵਿੱਚ ਪੁਲਿਸ ਲਗਾਤਾਰ ਕਹਿੰਦੀ ਹੈ ਕਿ ਗਨ ਕਲਚਰ ਜਿਹੜਾ ਖਤਮ ਹੋ ਗਿਆ ਪਰ ਕਿਤੇ ਨਾ ਕਿਤੇ ਸ਼ਰਿਆਮ ਜਿਹੜੇ ਲੋਕ ਆ ਰਿਵਾਲਵਰਾਂ ਲੈ ਕੇ ਘੁੰਮ ਰਹੇ ਆ। ਆਹ ਜਿਹੜੀ ਐਕਟਿਵਾ ਛੱਡ ਕੇ ਭੱਜ ਗਿਆ ਬੰਦਾ ਇੱਥੋਂ ਸੋਨੂ ਰੰਧਾਵਾ ਅੰਦਰ ਦੇ ਸੋਨੂ ਰੰਧਾਵਾ ਨਾਮ ਦਾ ਵਿਅਕਤੀ PB08ED 3952 ਜਿਹਦਾ ਨੰਬਰ ਹੈ। ਹਾਂਜੀ ਗੱਲਬਾਤ ਕੀ ਹੋਈ ਜੀ? ਦੱਸ ਤੂੰ ਦੱਸ ਗੱਲਬਾਤ ਕੀ ਗੱਲਬਾਤ ਹੋਈ ਜੀ? ਜੇ ਤੂੰ ਘਰੋਂ ਗਈ ਤੇ ਮੈਂ ਤੈਨੂੰ ਮਾਰ ਦੇਣਾ ਤੇਰੇ ਘਰਦਿਆਂ ਨੂੰ ਵੀ ਮਾਰ ਦੇਣਾ ਤੇਰੇ ਭਰਾ ਨੂੰ ਵੀ ਮਾਰ ਦੇਣਾ ਤੇਰੀ ਮੰਮੀ ਵੀ ਕਿੰਨੀ ਦੇਰ ਤੋਂ ਇਹ ਚੀਜ਼ ਹੋਈ ਕਿੱਥੇ ਦੇ ਰਹਿਣ ਵਾਲੇ
ਅਸੀਂ ਲਾਡੋਵਾਲੀ ਰੋਡ ਤੇ ਰਹਿਣ ਵਾਲੇ ਨਹੀਂ ਨਹੀਂ ਤੁਸੀਂ ਲਾਡੋਵਾਲੇ ਉਹ ਕਿੱਥੇ ਰਹਿਣ ਵਾਲੇ ਗੁਜਾ ਪੀਰ ਜੀ ਗੁਜਾ ਪੀਰ ਗੁਵਿੰਦ ਨਗਰ ਤੇ ਰਹਿੰਦਾ ਵਿਆਹ ਤੁਹਾਡੇ ਸਿਰ ਤੇ ਕਿੰਨੇ ਮਾਰੇ ਉਹਨੇ ਮਾਰੇ ਉਹਨੇ ਮਾਰੇ फलाने फलाने घर लाडवाई रोड जीएमपी सामने गुजा पीर आ ਤੇ ਅੱਜ ਹੁਣ ਇੱਥੋਂ ਫਰਾਰ ਹੋ ਗਿਆ ਫੇ ਉਹ ਇੱਥੋਂ ਗੱਡੀ ਛੱਡ ਕੇ ਛੱਡ ਗਿਆ ਉਹ ਫਰਾਰ ਹੋ ਗਿਆ ਉਹ ਬੰਦਿਆਂ ਨੇ ਘੇਰਾ ਪਾ ਲਿਆ ਕਿੰਨੇ ਜਣੇ ਸੀਗੇ ਨਾਲ ਕਿ ਇਕੱਲੇ ਸੀ ਉਹਨੇ ਬੰਦੇ ਕਿੱਥੇ ਮੁੜੇ ਆਪਣੇ ਫੋਨ ਕੀਤਾ ਦੋ ਸੌ ਬਾਹਰ ਖੜੇ ਹੋਣੇ ਕਿਤੇ ਕਹਿੰਦਾ ਮੈਂ ਬਾਬਾ ਮੰਦਰ ਕੋਲ ਤਾਂ ਉੱਥੇ ਆ ਜਾਓ ਤੁਸੀਂ ਅੱਛਾ ਹੋਰ ਮੁੰਡਿਆਂ ਨੂੰ ਬੁਲਾ ਰਹੇ ਸੀ ਹਾਂਜੀ 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 ਮੁੰਡਿਆਂ ਨੂੰ ਬੁਲਾ ਰਹੇ ਸੀ ਤੇ ਉਹਨਾਂ ਦੇ ਕੁਦਰਤੀ ਸਾਨੂੰ ਇੱਥੇ ਬਾਜ਼ਾਰ ਵਾਲਿਆਂ ਨੇ ਸਾਨੂੰ ਰੋਕ ਲਿਆ ਇੱਥੇ ਕਹਿੰਦੇ ਕੋਈ ਗੱਲ ਘਬਰਾਉਣਾ ਨਹੀਂ ਤੁਸੀਂ ਤੇ ਉਹ ਸਾਡੀ ਕੁੜੀ ਨੂੰ ਸਾਨੂੰ ਮੈਨੂੰ ਹੀ ਰੋਕ ਲਿਆ ਸੀ ਉਹਨਾਂ ਚ ਉਹਨੂੰ ਮੈਂ ਫੋਨ ਕਰ ਦਿੱਤਾ ਨਾ ਕਿਡਨੈਪ ਕਰਕੇ ਕਿੱਥੇ ਲੈ ਕੇ ਗਏ ਸੀ ਤੁਹਾਨੂੰ ਹਾਂਜੀ ਉਹ ਵੀ ਉਹਨਾਂ ਦਾ ਘਰ ਸੀਗਾ ਤੇ ਇੱਕ ਸਾਲ ਕਿੱਦਾਂ ਰਹੇ ਤੁਸੀਂ ਜਵਾਈ ਲੈ ਕੇ ਗਿਆ ਹੋਇਆ ਜਵਾਈ ਲੱਗਦਾ ਜਵਾਈ ਵੱਲੋਂ ਹੀ ਆਪਣੀ ਤੁਹਾਨੂੰ ਦੱਸ ਦਈਏ ਸਾਲੀ ਨੂੰ ਇੱਕ ਸਾਲ ਤੋਂ ਕਿਡਨੈਪ ਕਰਕੇ ਰੱਖਿਆ ਹੋਇਆ ਸੀਗਾ ਇਹ ਗੱਲ ਦਾ ਇਹ ਸਾਰਿਆਂ ਨੂੰ ਪਤਾ ਸੀਗਾ ਤੇ ਅੱਜ ਜਦੋਂ ਇਹ ਉੱਥੋਂ ਭੱਜ ਕੇ ਆ ਗਏ ਨੇ ਉਸ ਤੋਂ ਬਾਅਦ ਜਦੋਂ ਇਹ ਇੱਥੇ ਆਉਂਦੇ ਨੇ ਤੇ ਇਹਨਾਂ ਨਾਲ ਰੋਡ ਤੇ ਤੁਹਾਨੂੰ ਦੱਸ ਦਈਏ ਰੋਡ ਤੇ ਧੱਕਾ ਕਰ ਦਿੱਤਾ ਜਾਂਦਾ ਹੈ ਔਰ ਦੱਸ ਦਈਏ ਕਿ ਲੜਕਾ ਜਿਹੜਾ ਇੱਥੋਂ ਦੀ ਛੱਡ ਕੇ ਗੱਡੀ ਆਪਣੀ ਐਕਟਿਵਾ ਫਰਾਰ ਹੋ ਗਿਆ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਤੋਂ ਤੁਹਾਨੂੰ ਇਹ ਮਾਮਲਾ ਦਿਖਾ ਰਹੇ ਹਾਂ ਦਿਲਬਾਗ ਨਗਰ ਦਾ ਏਰੀਆ ਔਰ ਇਹਨਾਂ ਦਾ ਨੰਬਰ ਹੈਗਾ PB08ET3952 ਜਿਹੜੀ ਮੌਕੇ 'ਤੇ ਬਸਤੀ ਬਾਵਾ ਖੇਲ ਦੀ ਪੁਲਿਸ ਆਈ ਹੈ ਹਾਂਜੀ ਯਸ਼ਪਾਲ ਜੀ ਰਿਵਾਲਵਰ ਵੀ ਸੀਗਾ ਕੋਲ ਹੁਣ ਜੋ ਤਫਤੀਸ਼ ਦੇ ਵਿੱਚ ਆਏਗਾ ਉਹ ਕਰਾਂਗੇ ਨਾ ਕੋਈ ਸੀਸੀਟੀਵੀ ਦੇਖੀ ਤੁਸੀਂ ਨਹੀਂ ਹਜੇ ਕੁਛ ਨਹੀਂ ਕੀਤਾ ਨਾ ਕੋਈ ਐਪਲੀਕੇਸ਼ਨ ਲਈ ਆ ਉਹਨਾਂ ਨੇ ਦੱਸਿਆ ਵੀ ਉੱਤੇ ਐਕਟਿਵਾਵਾਂ ਦੀ ਖੜੀ ਆ ਉਹ ਲੈਣ ਆਏ ਆ ਪਹਿਲਾਂ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਕਹਿੰਦੇ ਕੋਈ MLR ਵਗੈਰਾ ਥਾਣੇ ਆਈ ਅੱਛਾ ਪਹਿਲਾਂ ਦੀ ਕੋਈ ਹੋਰ ਵਕੂਆ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਬਸਤੀ ਆਤੀ ਏਰੀਏ ਦੇ ਜਿੱਥੇ ਆਪਣੇ ਹੀ ਇੱਕ ਜਵਾਈ ਵੱਲੋਂ ਆਪਣੀ ਸਾਲੀ ਨੂੰ ਜੋ ਇੱਥੇ ਕਿਡਨੈਪ ਕਰਕੇ ਰੱਖਿਆ ਗਿਆ ਸੀਗਾ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਇੱਕ ਸਾਲ ਤੋਂ ਕਿਡਨੈਪ ਕੀਤਾ ਹੋਇਆ ਸੀਗਾ ਇਹਨਾਂ ਦੀ ਬੇਟੀ ਨੂੰ ਤੇ ਹੁਣ ਅੱਜ ਜਦੋਂ ਇਹ ਆਏ ਨੇ ਤੇ ਇਹਨਾਂ ਨੂੰ ਫੇਰ ਸੜਕ ਤੇ ਰੋਕ ਕੇ ਕਿਹਾ ਜਾ ਰਿਹਾ ਸੀਗਾ ਕਿ ਮੇਰੇ ਨਾਲ ਚੱਲ ਤੁਹਾਨੂੰ ਦੱਸੀਏ ਇਹ ਸਾਰਾ ਮੈਟਰ ਤੁਹਾਨੂੰ ਬਸਤੀਆਤ ਏਰੀਆ ਤੋਂ ਦਿਖਾ ਰਹੇ ਹਾਂ ਜਿੱਥੇ ਮੌਕੇ ਤੇ ਜਦੋਂ ਇੱਥੇ ਲੋਕ ਇਕੱਠੇ ਹੋਏ ਤੇ ਇੱਥੋਂ ਉਹ ਦੱਸਿਆ ਜਾ ਰਿਹਾ ਜਿਹੜੇ ਇਹਨਾਂ ਨੂੰ ਰੋਕ ਰਹੇ ਸੀਗੇ ਉਹ ਇੱਥੋਂ ਭੱਜ ਗਏ ਨੇ ਤੇ ਆਪਣੀ ਸਵਾਰ ਜੋ ਐਕਟਿਵਾ ਸਵਾਰ ਸੀਗੇ ਐਕਟਿਵਾ ਛੱਡ ਕੇ ਇੱਥੋਂ ਮੌਕੇ 'ਤੇ ਫਰਾਰ ਹੋ ਗਏ ਨੇ ਮੌਕੇ 'ਤੇ ਪੁਲਿਸ ਪਹੁੰਚੀ ਹੈ ਜਾਂਚ ਕਰ ਰਹੀ ਹੈ ਜੋ ਵੀ ਇਹਨਾਂ ਦੀ ਲਿਖਤੀ ਕੰਪਲੇਂਟ ਹੋਏਗੀ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਜੋ ਵੀ ਅਗਲੀ ਅਪਡੇਟ ਇਸ ਮਾਮਲੇ ਦੇ ਵਿੱਚ ਆਉਂਦੀ ਤੁਹਾਨੂੰ ਨਾਲ ਦੀ ਨਾਲ ਸਾਂਝੀ ਕਰਾਂਗੇ ਹੁਣ ਤੱਕ ਜੁੜੇ ਰਹਿਣ ਲਈ ਬ੍ਰੇਕਿੰਗ ਨਿਊਜ਼ ਏਟਨ ਲਾਈਵ 'ਤੇ ਬਹੁਤ ਬਹੁਤ ਧੰਨਵਾਦ